ਖਿਡਾਰੀ ਜਿਹੜਾ ਮੈਦਾਨ ਦੇ ਵਿੱਚ ਹੁੰਦਾ ਜਾਂ ਗਰਾਊਂਡ ਦੇ ਵਿੱਚ ਹੁੰਦਾ, ਉਹ ਗਰਾਊਂਡ ਸਾਡੇ ਵਾਸਤੇ ਨਾ ਇੱਕ ਲਾਈਫ ਦੇ ਵਿੱਚ ਵੀ ਉਹ ਗਰਾਊਂਡ ਹੀ ਆ, ਆਪਾਂ ਉੱਥੇ ਕੋਈ ਨਾ ਕੋਈ ਖਿਡਾਰੀ ਪਲੇ ਕਰ ਹੀ ਰਹੇ ਹੁੰਦੇ ਹੈ ਨਾ। ਸੋ ਮੈਨੂੰ ਤਾਂ ਸਾਰੇ ਖਿਡਾਰੀ ਲੱਗਦੇ ਲਾਰਜਰ ਦੈਨ ਲਾਈਫ ਤੁਸੀਂ ਸ਼ੂਟ ਕਰਨਾ ਹੁੰਦਾ ਉੱਥੇ, ਕਿ ਉਹ ਰੋਪ ਵੀ ਬਹੁਤ ਯੂਜ਼ ਕਰਦੇ ਨੇ ਐਕਸ਼ਨ ਦੇ ਵਿੱਚ। ਸਾਡਾ ਕੀ ਸੀਗਾ, ਅਸੀਂ ਇਹਨੂੰ ਐਕਸ਼ਨ ਨੂੰ ਔਥੈਂਟਿਕ ਸ਼ੂਟ ਕੀਤਾ, ਤੁਹਾਨੂੰ ਓਨਾ ਜ਼ਿਆਦਾ ਮਤਲਬ ਜਿਹਨੂੰ ਕਹਿੰਦੇ ਹਾਂ ਵੀ ਆਪਾਂ ਕਰੀਨ ਵਾਲਾ ਐਂਡ ਰੋਪਸ ਵਾਲਾ ਉਹ ਐਕਸ਼ਨ ਨਹੀਂ ਓਨਾ ਮਿਲੂਗਾ ਜਿੰਨਾ ਤੁਹਾਨੂੰ ਔਥੈਂਟਿਕ ਐਕਸ਼ਨ ਮਿਲੂਗਾ। ਕਿ ਜੇ ਤੁਸੀਂ ਹੈਂਡ ਟੂ ਹੈਂਡ ਫਾਈਟ ਵੀ ਆ, ਉਹ ਵੀ ਉਹਨਾਂ ਨੇ ਓਰੀਜਨਲੀ ਕੀਤੀ ਹੋਈ ਹੈ। ਮੈਨੂੰ ਲੱਗਦਾ ਭਾਅ ਜੀ ਔਖਾ ਲੱਗਦਾ ਨਹੀਂ, ਮੈਨੂੰ ਔਖਾ ਨਹੀਂ ਲੱਗਦਾ, ਮੈਨੂੰ ਇੱਦਾਂ ਲੱਗਦਾ ਵਾ ਵੀ ਯਾਰ ਤੁਸੀਂ ਹਰ ਵਾਰੀ ਨਾ ਤੁਸੀਂ ਇਹ ਦੇਖੋ ਵੀ ਕਿੰਨਾ ਸਿੱਖਣ ਨੂੰ ਮਿਲਦਾ। ਹਰ ਫਿਲਮ ਦੇ ਵਿੱਚ ਤੁਹਾਨੂੰ ਨਵੇਂ ਚਿਹਰੇ, ਤੁਸੀਂ ਨਵਿਆਂ ਤੋਂ ਸਿੱਖਦੇ ਹੋ, ਤੁਹਾਡੇ ਕੋਲ ਅਰਾਊਂਡ ਕਈ ਚੀਜ਼ਾਂ ਇੱਦਾਂ ਦੀਆਂ ਚੱਲ ਰਹੀਆਂ ਹੁੰਦੀਆਂ ਜਿਹੜੀਆਂ ਤੁਸੀਂ ਲਾਈਫ 'ਚ ਪਹਿਲਾਂ ਕਦੀ ਦੇਖੀ ਨਹੀਂ। ਇਹਦੇ ਵਿੱਚ ਕੀ ਸੀਗਾ, ਮੈਂ ਕਦੀ ਕੁਸ਼ਤੀ ਬਾਰੇ ਸੋਚਿਆ ਹੀ ਨਹੀਂ ਸੀ, ਸਾਡਾ ਕਨੈਕਟ ਹੀ ਨਹੀਂ ਸੀ ਕੁਸ਼ਤੀ ਬਾਰੇ ਵੀ ਮੈਂ ਕਦੀ ਮੈਂ ਫਿਲਮ ਬਣਾਊਂਗਾ। ਬਟ ਜਦੋਂ ਅਸੀਂ ਬਣਾਈ, ਫਿਰ ਮੈਂ ਮੈਟ ਵਾਲੀ ਰੈਸਲਿੰਗ ਦੇ ਉੱਤੇ ਅਲੱਗ ਵਰਕ ਕੀਤਾ, ਮੱਡ ਵਾਲੀ ਰੈਸਲਿੰਗ 'ਤੇ ਅਲੱਗ ਵਰਕ ਕੀਤਾ, ਦੋਨੇ ਕਿੱਦਾਂ ਦੇ ਭਲਵਾਨ ਹੁੰਦੇ ਨੇ, ਕਿੱਦਾਂ ਦੀਆਂ ਕਨੈਕਟੀਵਿਟੀਜ਼ ਹੁੰਦੀਆਂ ਨੇ। ਹੁਣ ਮੈਟ ਵਾਲੀ ਰੈਸਲਿੰਗ ਦੇ ਉੱਤੇ ਨਾ ਅੱਜ ਕੱਲ੍ਹ ਲੀਨ ਭਲਵਾਨ ਜਿਹੜੇ ਨੇ ਉਹ ਚੱਲਣ ਲੱਗ ਪਏ ਨੇ ਉੱਥੇ। ਮੱਡ ਵਾਲੀ ਰੈਸਲਿੰਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਜ਼ੋਰ ਅਜਮਾਇਸ਼ ਕਰਾਂ ਹੁਣ ਤਾਂ ਭਾਅ ਜੀ ਕਿੱਦਾਂ ਕਾਸਟ ਕਰਿਆ ਗੁਰਨਾਮ ਭੁੱਲਰ ਨੂੰ, ਅਤੇ ਉਹਨਾਂ ਦਾ ਜਿਹੜਾ ਜੋਨਰ ਹੈ ਉਹ ਤਾਂ ਪਹਿਲਾਂ ਰੋਮਾਂਟਿਕ ਫਿਲਮਾਂ ਕੀਤੀਆਂ ਨੇ, ਅਤੇ ਹੁਣ ਤੁਸੀਂ ਸਿੱਧਾ ਹੀ ਹੁਣ ਖਿਡਾਰੀ ਦੇ ਵਿੱਚ ਦੇਖਣ ਨੂੰ ਮਿਲਣਗੇ, ਕੋਈ ਇਹਨਾਂ ਵਾਸਤੇ ਕੋਈ ਤਿਆਰੀ ਕੀਤੀ ਉਹਨਾਂ ਨੇ, ਕਿਵੇਂ ਉਹਨਾਂ ਨੂੰ ਕਾਸਟ ਕਰਿਆ? ਦੇਖੋ ਕਾਸਟ ਜਿਹੜਾ ਸੀ ਨਾ ਗੁਰਨਾਮ ਭਾਅ ਜੀ ਸਾਡੇ ਰਵੀਸ਼ ਬਰੋਲ ਜਿਹੜੇ ਸਾਡੇ ਪ੍ਰੋਡਿਊਸਰ ਨੇ, ਉਹ ਮੇਰੇ ਨਾਲ ਵੀ ਬਹੁਤ ਕਨੈਕਟ ਨੇ, ਗੁਰਨਾਮ ਭਾਅ ਜੀ ਨਾਲ ਵੀ ਬਹੁਤ ਕਨੈਕਟ ਨੇ, ਸੋ ਉਹਨਾਂ ਨੇ ਜੋੜਿਆ ਸਾਨੂੰ। ਉਸ ਤੋਂ ਬਾਅਦ ਸਾਡੇ ਲਈ ਚੈਲੰਜ ਇਹ ਸੀ ਕਿ ਡਿਫਰੈਂਟ ਕੀ ਕੀਤਾ ਜਾਵੇ। ਦੇਖੋ ਮੈਂ ਅੱਜ ਕੋਈ ਵੀ ਉਦਾਂ ਨੋਰਮਲ ਫਿਲਮ ਭਾਅ ਜੀ ਦੇ ਨਾਲ ਮੈਂ ਕਰ ਸਕਦਾ ਸੀਗਾ, ਹੈ ਨਾ, ਪਰ ਸਾਨੂੰ ਇਹ ਸੀ ਕਿ ਯਾਰ ਡਿਫਰੈਂਟ ਕਰੀਏ, ਕੁਛ ਕੁਛ ਚੈਲੇਂਜਿੰਗ ਹੁੰਦਾ। ਇੱਕ ਵਾਰੀ ਤਾਂ ਦੇਖੋ ਸੀਨ ਦਾ ਕੀ ਹੁੰਦਾ ਨਾ, ਸੀਨ ਦੀ ਸੈਟੀਸਫੈਕਸ਼ਨ ਦੀ ਗੱਲ ਹੁੰਦੀ ਆ, ਕਿ ਜੇ ਤਾਂ ਇੱਕ ਵਾਰ 'ਚ ਹੋ ਜਾਵੇ, ਇੱਕ ਵਾਰ 'ਚ ਹੋ ਜਾਂਦਾ, ਕਈ ਵਾਰੀ 20 ਟੇਕ ਵੀ ਲੰਘ ਜਾਂਦੇ, ਕਦੀ ਹਨੇਰੀ ਆ ਗਈ ਹੈ, ਕਦੀ ਸੈੱਟ ਡਿੱਗ ਗਿਆ ਵਾ, ਕਦੀ ਸਾਡੇ ਭਲਵਾਨ ਨੂੰ ਇੰਜਰੀ ਹੋ ਗਈ ਹੈ, ਹੈ ਨਾ, ਕਦੀ ਗੁਰਨਾਮ ਬਾਈ ਨੂੰ ਇੰਜਰੀ ਹੋ ਗਈ ਹੈ। ਬਟ ਉਹ ਕੀ ਸੀ ਨਾ, ਸਾਰੇ ਖੜ੍ਹੇ ਸੀ ਅਤੇ ਅਸੀਂ ਉਹਨੂੰ ਕਵਰ ਅਪ ਕਰਦੇ ਰਹੇ ਹਾਂ, ਹੈ ਨਾ, ਇੰਜੋਏ ਕੀਤਾ ਅਸੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਿੰਦਰ ਸਿੰਘ, ਅਤੇ ਤੁਸੀਂ ਦੇਖ ਰਹੇ ਹੋ ਪੇਂਡੂ ਟੀ ਵੀ, ਅਤੇ 9 ਫੈਬ ਨੂੰ ਫਿਲਮ ਆ ਰਹੀ ਹੈ ਖਿਡਾਰੀ, ਜਿਹਨੂੰ ਡਾਇਰੈਕਟ ਕੀਤਾ ਹੈ ਮਾਨਵ ਸ਼ਾਹ ਜੀ ਨੇ। ਉਹਨਾਂ ਦੇ ਪਹਿਲਾਂ ਵੀ ਕਾਫੀ ਫਿਲਮ ਆਈਆਂ ਨੇ, ਸਿਕੰਦਰ 2 ਅਤੇ 500 ਮੀਟਰ ਅਤੇ ਲਾਟੂ। ਅਤੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਨੇ? ਠੀਕ ਹੈ ਜੀ। ਭਾਅ ਜੀ ਕਿੱਦਾਂ ਦੀ ਫਿਲਮ ਹੈ ਜੀ, ਇੱਕ ਅਲੱਗ ਕੰਸੈਪਟ ਲੈ ਕੇ ਆਏ ਹੋ ਕਮੇਡੀ ਤੋਂ ਹਟ ਕੇ, ਤੁਹਾਡਾ ਜੋਨਰ ਇਹ ਮਤਲਬ ਇੱਕ ਤਰ੍ਹਾਂ ਦਾ ਅਲੱਗ ਹੈ, ਤੁਸੀਂ ਹਟ ਕੇ ਫਿਲਮ ਬਣਾਉਂਦੇ ਐਕਸ਼ਨ ਟੈਪ, ਜਿਵੇਂ ਪਹਿਲਾਂ ਸਿਕੰਦਰ ਵੀ ਆਈ ਸੀ, ਕਿੱਦਾਂ ਦੀ ਫਿਲਮ ਹੈ ਜੀ? ਭਾਅ ਜੀ ਦੇਖੋ, ਮੈਨੂੰ ਇਹ ਲੱਗਦਾ ਵੀ ਤੁਸੀਂ ਗੱਲ ਤਾਂ ਠੀਕ ਕੀਤੀ ਹੈ ਵੀ ਆਪਾਂ ਚੂਜ਼ ਹੀ ਡਿਫਰੈਂਟ ਕਰਦੇ ਹਾਂ, ਹੈ ਨਾ। ਬਟ ਇਹਦੇ ਵਿੱਚ ਨਾ ਵੱਡਾ ਹੱਥ ਧੀਰੇ ਰਤਨ ਭਾਅ ਜੀ ਦਾ ਬਹੁਤ ਰਹਿੰਦਾ, ਕਿਉਂਕਿ ਮੇਰੀਆਂ ਫਿਲਮਾਂ ਸਾਰੀਆਂ ਭਾਅ ਜੀ ਨੇ ਹੀ ਲਿਖੀਆਂ ਨੇ। ਸੋ ਕੋਨਸੈਪਟ ਵਾਈਜ਼ ਜੇ ਦੇਖਿਆ ਜਾਵੇ ਤਾਂ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਹਰ ਵਾਰੀ ਕੁਛ ਨਾ ਕੁਛ ਨਵਾਂ ਲੈ ਕੇ ਆਈਏ। ਜਿੱਦਾਂ ਲਾਟੂ ਆਈ ਸੀ, ਸਿਕੰਦਰ 2 ਆਈ, ਅੜਬ ਉਟਿਆਰਾ ਆਈ, ਸੋ ਸਾਨੂੰ ਇਹ ਸੀ ਵੀ ਆਪਾਂ ਡਿਫਰੈਂਟ ਕਰਦੇ ਰਹੀਏ। ਇਹਦੇ ਵਿੱਚ ਵੀ ਇੱਦਾਂ ਹੀ ਸੀਗਾ ਕਿ ਕੁਛ ਅਸੀਂ ਡਿਫਰੈਂਟ ਕਰੀਏ, ਕਿ ਪਿਛਲੇ ਕੋਨਸੈਪਟ ਜਿਹੜੇ ਆ ਗਏ ਆ ਠੀਕ ਹੈ, ਉਸ ਤੋਂ ਬਾਅਦ ਆਪਾਂ ਹੁਣ ਡਿਫਰੈਂਟ ਕਰਦੇ। ਸੋ ਸਾਰੀ ਫਿਲਮ ਹੀ ਤੁਹਾਨੂੰ ਡਿਫਰੈਂਟ ਲੱਗੇਗੀ, ਹੈ ਨਾ। ਸੋ ਇਹ ਨਹੀਂ ਹੈ ਕਿ ਮੈਂ ਇਹ ਕਹੂੰਗਾ ਕਿ ਇਹਦੇ 'ਚ ਇਹ ਪਾਰਟ ਡਿਫਰੈਂਟ ਹੈ, ਨਹੀਂ। ਸੋ ਇਹਦੇ 'ਚ ਕੀ ਹੈ, ਅਸੀਂ ਬੇਸਿਕਲੀ ਖਿਡਾਰੀ ਅਤੇ ਲਾਈਫ ਦੋਨੇ ਕਨੈਕਟ ਕੀਤੀਆਂ। ਜੋ ਤੁਸੀਂ ਖਿਡਾਰੀ ਜੇ ਆਪਾਂ ਦੇਖਿਆ ਜਾਵੇ ਤਾਂ ਖਿਡਾਰੀ ਜਿਹੜਾ ਮੈਦਾਨ ਦੇ ਵਿੱਚ ਹੁੰਦਾ ਜਾਂ ਗਰਾਊਂਡ ਦੇ ਵਿੱਚ ਹੁੰਦਾ, ਉਹ ਗਰਾਊਂਡ ਸਾਡੇ ਵਾਸਤੇ ਨਾ ਇੱਕ ਲਾਈਫ ਦੇ ਵਿੱਚ ਵੀ ਉਹ ਗਰਾਊਂਡ ਹੀ ਆ, ਆਪਾਂ ਉੱਥੇ ਕੋਈ ਨਾ ਕੋਈ ਖਿਡਾਰੀ ਪਲੇ ਕਰ ਹੀ ਰਹੇ ਹੁੰਦੇ, ਹੈ ਨਾ। ਸੋ ਮੈਨੂੰ ਤਾਂ ਸਾਰੇ ਖਿਡਾਰੀ ਲੱਗਦੇ। ਸੋ ਭਾਅ ਜੀ ਫਿਲਮ ਆਉਂਦੀਆਂ ਨੇ ਜਿਵੇਂ ਸਮੀਪ ਕੰਗ ਦੀ ਫਿਲਮ, ਜਿਹਨੂੰ ਕਮੇਡੀ ਦਾ ਉਹਨਾਂ ਦਾ ਫਲੇਵਰ ਹੈ, ਮਤਲਬ ਤੁਸੀਂ ਇੱਕ ਸਿਨੇਮਾ ਕ੍ਰੀਏਟ ਕੀਤਾ ਨਾ, ਇੱਕ ਅਲੱਗ ਤਰ੍ਹਾਂ ਦਾ ਸਿਨੇਮਾ ਕ੍ਰੀਏਟ ਕਰ ਰਹੇ ਹੋ, ਸਿਕੰਦਰ ਆਈ ਹੈ ਤਾਂ, ਹੈ ਨਾ, ਲਾਟੂ ਵਰਗੀਆਂ ਫਿਲਮਾਂ, ਤੁਸੀਂ ਕਹਿੰਦੇ ਹੋ ਵੀ ਖਿਡਾਰੀ ਇਹ ਅਲੱਗ ਤਰ੍ਹਾਂ ਦੀ ਇੱਕ ਸਾਊਥ ਦੇ ਲੈਵਲ ਦਾ ਆਪਣਾ ਸਿਨੇਮਾ ਪਹੁੰਚ ਰਿਹਾ, ਤੁਹਾਨੂੰ ਲੱਗਦਾ?
ਦੇਖੋ ਮੈਨੂੰ ਇਹ ਲੱਗਦਾ ਵਾ ਕਿ ਕੰਪੈਰੀਜ਼ਨ ਜਿਹੜਾ ਨਾ ਕਿਸੇ ਵੀ ਫਿਲਮ ਦਾ ਕਿਸੇ ਵੀ ਫਿਲਮ ਦੇ ਨਾਲ ਕਰਨਾ ਉਹ ਠੀਕ ਨਹੀਂ ਹੁੰਦਾ। ਕਿਉਂ? ਅਸੀਂ ਜਦੋਂ ਕੋਨਸੈਪਟ ਲੈ ਕੇ ਚੱਲਦੇ ਨਾ, ਅਸੀਂ ਕਦੀ ਵੀ ਇਹ ਸੋਚ ਕੇ ਨਹੀਂ ਚੱਲਦੇ ਕਿ ਇੱਦਾਂ ਦੀ ਫਿਲਮ ਬਣਾਉਣੀ ਆ। ਹੁਣ ਜਿੱਦਾਂ ਖਿਡਾਰੀ ਵੀ ਆ, ਅਸੀਂ ਕਦੀ ਵੀ ਇਹ ਨਹੀਂ ਸੋਚ ਕੇ ਚੱਲਿਆ ਕਿ ਹਾਂ ਇਹਦਾ ਇਹ ਰੈਫਰੈਂਸ ਹੋਏਗਾ ਜਾਂ ਇਹ ਫਿਲਮ ਇੱਦਾਂ ਦੀ ਹੋਣੀ ਚਾਹੀਦੀ ਹੈ, ਇੱਦਾਂ ਕਦੀ ਨਹੀਂ ਸੋਚਿਆ। ਨਾ ਹੀ ਅਸੀਂ ਇਹ ਸੋਚਿਆ ਕਿ ਹਾਂ ਸਾਊਥ ਵਾਂਗੂ ਫਿਲਮ ਬਣਾਉਣੀ ਹੈ। ਹੁਣ ਇਹਦੇ ਵਿੱਚ ਕੀ ਹੁੰਦਾ ਨਾ, ਸਾਊਥ ਦੇ ਵਿੱਚ ਕੀ ਹੈ ਕਿ ਤੁਹਾਨੂੰ ਲਾਰਜਰ ਦੈਨ ਲਾਈਫ ਤੁਸੀਂ ਸ਼ੂਟ ਕਰਨਾ ਹੁੰਦਾ ਉੱਥੇ, ਕਿ ਉਹ ਰੋਪ ਵੀ ਬਹੁਤ ਯੂਜ਼ ਕਰਦੇ ਨੇ ਐਕਸ਼ਨ ਦੇ ਵਿੱਚ। ਸਾਡਾ ਕੀ ਸੀਗਾ, ਅਸੀਂ ਇਹਨੂੰ ਐਕਸ਼ਨ ਨੂੰ ਔਥੈਂਟਿਕ ਸ਼ੂਟ ਕੀਤਾ। ਤੁਹਾਨੂੰ ਓਨਾ ਜ਼ਿਆਦਾ ਮਤਲਬ ਜਿਹਨੂੰ ਕਹਿੰਦੇ ਹਾਂ ਵੀ ਆਪਾਂ ਕਰੀਨ ਵਾਲਾ ਐਂਡ ਰੋਪਸ ਵਾਲਾ, ਉਹ ਐਕਸ਼ਨ ਨਹੀਂ ਓਨਾ ਮਿਲੂਗਾ ਜਿੰਨਾ ਤੁਹਾਨੂੰ ਔਥੈਂਟਿਕ ਐਕਸ਼ਨ ਮਿਲੂਗਾ। ਕਿ ਜੇ ਤੁਸੀਂ ਹੈਂਡ ਟੂ ਹੈਂਡ ਫਾਈਟ ਵੀ ਆ, ਉਹ ਵੀ ਉਹਨਾਂ ਨੇ ਓਰੀਜਨਲੀ ਕੀਤੀ ਹੋਈ ਹੈ, ਹੈ ਨਾ। ਸੋ ਮੈਨੂੰ ਇਹ ਲੱਗਦਾ ਵੀ ਆਪਾਂ ਸੋਚਦੇ ਹਾਂ, ਸਿਨੇਮਾ ਉੱਪਰ ਜਾ ਰਿਹਾ, ਫਿਲਮਾਂ ਵੱਡੀਆਂ ਬਣ ਰਹੀਆਂ ਨੇ, ਵੱਡਾ ਬਿਜ਼ਨਸ ਕਰ ਰਹੀਆਂ ਨੇ। ਸੋ ਮੈਨੂੰ ਤਾਂ ਇਹੀ ਲੱਗਦਾ ਵੀ ਪੰਜਾਬੀ ਸਿਨੇਮਾ ਉੱਠ ਰਿਹਾ, ਵਧੀਆ ਉੱਠ ਰਿਹਾ। ਬਾਈ ਜੀ, ਕਿੰਨਾ ਕੁ ਔਖਾ ਲੱਗਦਾ ਕੰਮ ਕਰਨਾ ਨਾ, ਜਦੋਂ ਤੁਸੀਂ ਸ਼ੂਟ ਕਰਦੇ ਹੋ ਐਜ਼ ਏ ਡਾਇਰੈਕਟਰ, ਤੁਹਾਡੀ ਮੈਂ ਜਿਹੜੀ ਤੁਹਾਡੀ ਜੋਬ ਆ ਕਾਫੀ ਔਖੀ ਹੈ, ਮੁਸ਼ਕਲ ਹੈ। ਡਾਇਰੈਕਟਰ ਤਾਂ ਜਿਹੜਾ ਐਕਟਰ ਹੁੰਦਾ ਉਹ ਤਾਂ ਆਪਣਾ ਕੰਮ ਕਰਕੇ ਬੈਨਡ ਵਿੱਚ ਚਲਾ ਜਾਂਦਾ, ਤੁਸੀਂ ਸਾਰਾ ਦਿਨ ਸੈੱਟ 'ਤੇ ਰਹਿਣਾ, ਕਿੰਨਾ ਕੁ ਔਖਾ, ਕਿੰਨਾ ਕੁ ਟਫ ਕੰਮ ਹੈ? ਮੈਨੂੰ ਲੱਗਦਾ ਭਾਅ ਜੀ ਔਖਾ ਲੱਗਦਾ ਨਹੀਂ, ਮੈਨੂੰ ਔਖਾ ਨਹੀਂ ਲੱਗਦਾ। ਮੈਨੂੰ ਇੱਦਾਂ ਲੱਗਦਾ ਵਾ ਵੀ ਯਾਰ ਤੁਸੀਂ ਹਰ ਵਾਰੀ ਨਾ ਤੁਸੀਂ ਇਹ ਦੇਖੋ ਵੀ ਕਿੰਨਾ ਸਿੱਖਣ ਨੂੰ ਮਿਲਦਾ। ਹਰ ਫਿਲਮ ਦੇ ਵਿੱਚ ਤੁਹਾਨੂੰ ਨਵੇਂ ਚਿਹਰੇ, ਤੁਸੀਂ ਨਵਿਆਂ ਤੋਂ ਸਿੱਖਦੇ ਹੋ, ਤੁਹਾਡੇ ਕੋਲ ਅਰਾਊਂਡ ਕਈ ਚੀਜ਼ਾਂ ਇੱਦਾਂ ਦੀਆਂ ਚੱਲ ਰਹੀਆਂ ਹੁੰਦੀਆਂ ਜਿਹੜੀਆਂ ਤੁਸੀਂ ਲਾਈਫ 'ਚ ਪਹਿਲਾਂ ਕਦੀ ਵੇਖੀਆਂ ਨਹੀਂ ਹੁੰਦੀਆਂ। ਮੈਂ ਖਿਡਾਰੀ ਮੂਵੀ ਕੀਤੀ, ਹੁਣ ਪਿਛਲੀਆਂ 4-5 ਜਿਹੜੀਆਂ ਮੂਵੀਜ਼ ਕੀਤੀਆਂ ਨੇ ਉਹ ਡਿਫਰੈਂਟ ਨੇ, ਇਹ ਡਿਫਰੈਂਟ ਆ। ਹੁਣ ਖਿਡਾਰੀ ਦੇ ਵਿੱਚ ਕੀ ਸੀਗਾ, ਮੈਂ ਕਦੀ ਕੁਸ਼ਤੀ ਬਾਰੇ ਸੋਚਿਆ ਹੀ ਨਹੀਂ ਸੀ, ਸਾਡਾ ਕਨੈਕਟ ਹੀ ਨਹੀਂ ਸੀ ਕੁਸ਼ਤੀ ਬਾਰੇ ਵੀ ਮੈਂ ਕਦੀ ਮੈਂ ਫਿਲਮ ਬਣਾਊਂਗਾ। ਬਟ ਜਦੋਂ ਅਸੀਂ ਬਣਾਈ, ਫਿਰ ਮੈਂ ਮੈਟ ਵਾਲੀ ਰੈਸਲਿੰਗ ਦੇ ਉੱਤੇ ਅਲੱਗ ਵਰਕ ਕੀਤਾ, ਮੱਡ ਵਾਲੀ ਰੈਸਲਿੰਗ 'ਤੇ ਅਲੱਗ ਵਰਕ ਕੀਤਾ, ਦੋਨੇ ਕਿੱਦਾਂ ਦੇ ਭਲਵਾਨ ਹੁੰਦੇ ਨੇ, ਕਿੱਦਾਂ ਦੀਆਂ ਕਨੈਕਟੀਵਿਟੀਜ਼ ਹੁੰਦੀਆਂ ਨੇ। ਹੁਣ ਮੈਟ ਵਾਲੀ ਰੈਸਲਿੰਗ ਦੇ ਉੱਤੇ ਨਾ ਅੱਜ ਕੱਲ੍ਹ ਲੀਨ ਭਲਵਾਨ ਜਿਹੜੇ ਨੇ ਉਹ ਚੱਲਣ ਲੱਗ ਪਏ ਨੇ ਉੱਥੇ। ਮੱਡ ਵਾਲੀ ਰੈਸਲਿੰਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਜ਼ੋਰ ਅਜਮਾਇਸ਼ ਜ਼ਿਆਦਾ ਹੁੰਦੀ ਹੈ, ਮੈਟ ਵਾਲੀ ਰੈਸਲਿੰਗ ਦੇ ਉੱਤੇ ਟੈਕਨੀਕ ਜ਼ਿਆਦਾ। ਸੋ ਇਹ ਚੀਜ਼ਾਂ ਅਸੀਂ ਇੰਜੋਏ ਕਰਦੇ ਹਾਂ, ਮੈਨੂੰ ਇੱਦਾਂ ਲੱਗਦਾ ਕਿ ਮੈਂ ਇੰਜੋਏ ਕਰਦਾ। ਮਤਲਬ ਜਿਹੜੀ ਭਾਅ ਜੀ ਫਿਲਮਾਂ ਦੇ ਵਿੱਚ ਆਪਣੇ ਪਹਿਲੇ ਪਿੰਡਾਂ ਦੇ ਵਿੱਚ ਛਿੰਝਾਂ ਚੱਲਦੀਆਂ ਸੀਗੀਆਂ, ਮਤਲਬ ਗਰਾਊਂਡ ਦੇ ਵਿੱਚ, ਹੁਣ ਤਾਂ ਮੈਟ ਤੇ ਆ ਗਈ ਕੁਸ਼ਤੀ। ਮਤਲਬ ਉਹ ਦਿਖਾਇਆ ਗਿਆ ਇਹਦੇ ਵਿੱਚ ਵੀ ਜਿਹੜੇ ਪਿੰਡ ਦੇ ਵਿੱਚ ਛਿੰਝ ਚੱਲਦੀ ਸੀਗੀ, ਕੁਸ਼ ਭਲਵਾਨ ਲੜਦੇ ਸੀਗੇ, ਝੰਡੀ ਜਿੱਤਦੇ। ਬਿਲਕੁਲ ਬਿਲਕੁਲ, ਉਹ ਤੁਸੀਂ ਕਰਤਾਰ ਭਾਅ ਜੀ ਵਾਲਾ ਜਿਹੜਾ ਸੀਕੁਐਂਸ ਤੁਸੀਂ ਦੇਖੋਗੇ, ਉਹ ਤੁਹਾਨੂੰ ਛਿੰਝਾਂ ਹੀ ਮਿਲਣੀਆਂ ਉਹਦੇ ਵਿੱਚ। ਉਹ ਅਸੀਂ ਵੱਡੀਆਂ ਛਿੰਝਾਂ ਉਹਦੇ ਵਿੱਚ ਸ਼ੂਟ ਕੀਤੀਆਂ, ਗ੍ਰੈਂਡ ਨੇ। ਸੋ ਉਹ ਆਪਾਂ ਝੰਡੀ ਪੱਟਣ ਵਾਲਾ ਜਿਹੜਾ ਕੰਮ ਹੁੰਦਾ ਸੀ ਉਹ ਆਪਾਂ ਕੀਤਾ ਪ੍ਰੋਪਰ ਉਹਦੇ ਵਿੱਚ। ਜਿਹੜਾ ਮੈਟ ਵਾਲੀ ਰੈਸਲਿੰਗ ਆ ਉਹ ਆਪਾਂ ਗੁਰਨਾਮ ਬਾਈ ਦੀ, ਕਿਉਂਕਿ ਯੂਨੀਵਰਸਿਟੀ ਦਾ ਸਟੂਡੈਂਟ ਆ, ਸੋ ਅਸੀਂ ਮੈਟ ਵਾਲੀ ਰੈਸਲਿੰਗ ਵੱਲ ਉਹਨਾਂ ਨੂੰ ਤੋਰਿਆ, ਪਰ ਸਿੱਖਿਆ ਉਹਨੇ ਮੱਡ ਵਾਲੀ ਤੋਂ ਹੀ। ਇੱਕ ਆਪਾਂ ਮੁੱਢ ਜਿਹੜਾ ਵਾ ਉਹਨੂੰ ਨਾਲ ਲੈ ਕੇ ਚੱਲੇ। ਸੋ ਉਹ ਚੀਜ਼ ਤੇ ਭਾਅ ਜੀ ਕਿੱਦਾਂ ਕਾਸਟ ਕਰਿਆ ਗੁਰਨਾਮ ਭੁੱਲਰ ਨੂੰ, ਤੇ ਉਹਨਾਂ ਦਾ ਜਿਹੜਾ ਜੋਨਰ ਹੈ ਉਹ ਤਾਂ ਪਹਿਲਾਂ ਰੋਮਾਂਟਿਕ ਫਿਲਮਾਂ ਕੀਤੀਆਂ ਨੇ, ਤੇ ਹੁਣ ਤੁਸੀਂ ਸਿੱਧਾ ਹੀ ਹੁਣ ਖਿਡਾਰੀ ਦੇ ਵਿੱਚ ਦੇਖਣ ਨੂੰ ਮਿਲਣਗੇ, ਕੋਈ ਇਹਨਾਂ ਵਾਸਤੇ ਕੋਈ ਤਿਆਰੀ ਕੀਤੀ ਉਹਨਾਂ ਨੇ, ਕਿਵੇਂ ਉਹਨਾਂ ਨੂੰ ਕਾਸਟ ਕਰਿਆ? ਦੇਖੋ ਕਾਸਟ ਜਿਹੜਾ ਸੀ ਨਾ ਗੁਰਨਾਮ ਭਾਅ ਜੀ, ਸਾਡੇ ਰਵੀਸ਼ ਬਰੋਲ ਜਿਹੜੇ ਸਾਡੇ ਪ੍ਰੋਡਿਊਸਰ ਨੇ, ਉਹ ਮੇਰੇ ਨਾਲ ਵੀ ਬਹੁਤ ਕਨੈਕਟ ਨੇ, ਗੁਰਨਾਮ ਭਾਅ ਜੀ ਨਾਲ ਵੀ ਬਹੁਤ ਕਨੈਕਟ ਨੇ, ਸੋ ਉਹਨਾਂ ਨੇ ਜੁੜਿਆ ਸਾਨੂੰ। ਉਸ ਤੋਂ ਬਾਅਦ ਸਾਡੇ ਲਈ ਚੈਲੰਜ ਇਹ ਸੀ ਕਿ ਡਿਫਰੈਂਟ ਕੀ ਕੀਤਾ ਜਾਵੇ। ਦੇਖੋ ਮੈਂ ਅੱਜ ਕੋਈ ਵੀ ਉੱਦਾਂ ਨੋਰਮਲ ਫਿਲਮ ਭਾਅ ਜੀ ਦੇ ਨਾਲ ਮੈਂ ਕਰ ਸਕਦਾ ਸੀਗਾ, ਹੈ ਨਾ, ਪਰ ਸਾਨੂੰ ਇਹ ਸੀ ਕਿ ਯਾਰ ਡਿਫਰੈਂਟ ਕਰੀਏ, ਕੁਛ ਕੁਛ ਚੈਲੰਜਿੰਗ ਹੋਵੇ ਉਹਨਾਂ ਵਾਸਤੇ ਵੀ, ਮੇਰੇ ਵਾਸਤੇ ਵੀ। ਫਿਰ ਮੈਂ ਧੀਰੇ ਭਾਈ ਨਾਲ ਗੱਲ ਕੀਤੀ, ਮੈਂ ਕਿਹਾ ਭਾਅ ਜੀ ਵੀ ਆਪਾਂ ਕੁਛ ਡਿਫਰੈਂਟ ਕਰੀਏ। ਭਾਅ ਜੀ ਕਹਿੰਦੇ ਵੀ ਆਪਾਂ ਇੱਦਾਂ ਦਾ ਕੁਛ ਕਰਦੇ ਹਾਂ, ਹੈ ਨਾ। ਮੈਨੂੰ ਵਧੀਆ ਲੱਗਿਆ, ਫਿਰ ਅਸੀਂ ਅਪਰੋਚ ਕੀਤੀ ਉਹਨਾਂ ਨੂੰ, ਵਧੀਆ ਸੀ ਉਹਨਾਂ ਦੇ ਨਾਲ ਕੰਮ ਕਰਕੇ, ਬਹੁਤ ਵਧੀਆ ਲੱਗਿਆ, ਉਹਨਾਂ ਨੇ ਮਿਹਨਤ ਬੜੀ ਕੀਤੀ ਹੈ। ਕੁਸ਼ਤੀ ਮੈਨੂੰ ਇੱਦਾਂ ਲੱਗਿਆ ਵੀ ਕੁਸ਼ਤੀ ਦੇ ਜਿਹੜੇ ਟ੍ਰਾਂਸ ਲੈਣੇ ਜਾਂ ਤੁਸੀਂ ਬੰਦਾ ਚੁੱਕ ਕੇ ਸੁੱਟਣਾ, ਐਕਚੁਅਲ ਦੇ ਵਿੱਚ ਜ਼ੋਰ ਅਜਮਾਇਸ਼ ਦੀ ਗੇਮ ਓਨੀ ਨਹੀਂ ਹੈ ਜਿੰਨੀ ਟੈਕਨੀਕ ਦੀ ਗੇਮ। ਮੈਟ ਵਾਲੀ ਰੈਸਲਿੰਗ ਦੀ ਮੈਂ ਗੱਲ ਕਰੂੰਗਾ, ਸੋ ਮੈਟ ਦੇ ਵਿੱਚ ਕੀ ਹੈ, ਓਨਾ ਹੀ ਜ਼ਿਆਦਾ ਤੁਸੀਂ
ਜੇ ਮੰਨ ਲਓ ਟੈਕਨੀਕ ਯੂਜ਼ ਕਰਕੇ ਤੁਸੀਂ ਬੰਦੇ ਨੂੰ ਚੁੱਕ ਕੇ ਸੁੱਟਣਾ ਵੀ ਹੈ ਕਰਨਾ ਵੀ, ਉਹ ਸਾਰੀਆਂ ਟੈਕਨੀਕ ਸਿੱਖੀਆਂ ਇਹਨਾਂ ਨੇ। ਤੁਹਾਨੂੰ ਇਹਦੇ ਵਿੱਚ ਐਕਸ਼ਨ ਜਿਹੜਾ ਵਾ ਉਹ ਤੁਹਾਨੂੰ ਡਿਊਪਸ ਤੋਂ ਐਕਸ਼ਨ ਨਹੀਂ ਮਿਲੂਗਾ। ਬਹੁਤ ਘੱਟ ਅਸੀਂ ਡਿਊਪ ਯੂਜ਼ ਕੀਤਾ, ਬਹੁਤ ਘੱਟ, ਮਤਲਬ ਮੈਂ ਕਹੂੰਗਾ 10% ਵੀ, ਐਕਸ਼ਨ ਦਾ 10% ਵੀ ਜਿਹੜਾ ਨਾ ਉਹ ਅਸੀਂ ਡਿਊਪ ਦੇ ਨਾਲ ਸ਼ੂਟ ਕੀਤਾ ਹੋਊਗਾ। ਮਤਲਬ ਇੱਕ ਜਿਹੜੀ ਇਹ ਫਿਲਮ ਬਣੀ ਹੋਈ ਹੈ ਕੁਸ਼ਤੀ 'ਤੇ ਆਧਾਰਿਤ ਹੈ, ਮਤਲਬ ਨਾਲ ਐਕਸ਼ਨ ਵੀ ਹੈ ਅਤੇ ਰੋਮੈਂਟਿਕ ਵੀ ਹੈ। ਦੇਖੋ ਮੈਂ ਤੁਹਾਨੂੰ ਦੱਸਦਾ ਇਹ ਐਕਚੁਅਲੀ ਨਾ ਰੋਮੈਂਸ, ਬ੍ਰਦਰਹੁੱਡ, ਕੁਸ਼ਤੀ, ਖਿਡਾਰੀ, ਸਪੋਰਟਸ, ਤੁਹਾਨੂੰ ਸਾਰੀਆਂ ਹੀ ਚੀਜ਼ਾਂ 'ਚ ਮਿਲੂ, ਤੁਹਾਨੂੰ ਇੱਕ ਨਾ ਸਿਨੇਮਾ ਦੇਖਣ ਨੂੰ ਮਿਲੂਗਾ। ਕੀ ਹੋ ਗਿਆ ਨਾ, ਹੁਣ ਮੈਂ ਇਹ ਨਹੀਂ ਕਹੂੰਗਾ, ਮੈਂ ਕਿਸੇ ਦੇ ਨਾਲ ਕੰਪੇਅਰ ਨਹੀਂ ਕਰ ਰਿਹਾ, ਬਟ ਮੈਂ ਇਹ ਕਹਿੰਦਾ ਵਾਂ ਕਿ ਇੱਕ ਪੈਟਰਨ ਦੇ ਉੱਤੇ ਅਸੀਂ ਚੱਲਦੇ, ਇੱਕ ਫਿਲਮ ਇੱਕ ਪੈਟਰਨ 'ਤੇ ਚੱਲਦੀ, ਪਰ ਇਹਦੇ ਵਿੱਚ ਤੁਹਾਨੂੰ ਨਾ ਸ਼ੇਡਸ ਬਹੁਤ ਡਿਫਰੈਂਟ ਮਿਲੂ। ਹਾਂਜੀ ਉਹ ਹੈ ਇਹਦੇ ਵਿੱਚ। ਭਾਜੀ ਤੁਸੀਂ ਇੱਦਾਂ ਜੋਨਰ ਫਿਲਮਾਂ ਕਰਨੀਆਂ ਪਸੰਦ ਕਰੋਗੇ ਜਾਂ ਫਿਰ ਇਸ ਤੋਂ ਹਟ ਕੇ ਵੀ ਕਮੇਡੀ ਵੱਲ ਵੀ ਆਉਂਗੇ? ਨਹੀਂ ਨਹੀਂ ਅਸੀਂ ਕਰ ਰਹੇ ਨਾ, ਮੈਂ ਯੂਨਾਈਟਿਡ ਕੱਚੇ ਕੀਤਾ, ਹੁਣ ਸੁਨੀਲ ਗਰੋਵਰ ਦੇ ਨਾਲ ਆਪਾਂ Z5 ਤੇ ਆਇਆ ਸੀਗਾ, ਉਹ ਕਾਮੇਡੀ ਸੀ, ਅੜਮ ਮੁਟਿਆਰਾਂ ਫੁੱਲ ਕਾਮੇਡੀ ਸੀ, ਆਪਾਂ ਕਰਦੇ ਰਹਿਣਾ। ਮਤਲਬ ਮੇਨ ਤੁਹਾਡਾ ਇੱਧਰ ਜੋਨਰ ਆ ਜ਼ਿਆਦਾ? ਨਹੀਂ ਇੱਦਾਂ ਦੀ ਗੱਲ ਨਹੀਂ ਹੈ, ਮੈਨੂੰ ਅੱਗੋਂ ਕੋਈ ਨਾ ਕੋਈ ਕਨਸੈਪਟ ਜਿਹੜਾ ਲੱਗੇਗਾ ਕਿ ਹਾਂ ਹਾਰਡਲੀ ਟੱਚ ਕਰੂਗਾ ਉਹ ਆਪਾਂ ਕਰਾਂਗੇ, ਉਹਦੇ 'ਚ ਕੋਈ ਇਸ਼ੂ ਨਹੀਂ ਹੈ। ਇੱਦਾਂ ਦਾ ਨਹੀਂ ਹੈ ਵੀ ਮੈਂ ਇਹੀ ਜੋਨਰ 'ਤੇ ਕੰਮ ਕਰਨਾ। ਅਤੇ ਸ਼ੂਟਿੰਗ ਦੌਰਾਨ ਭਾਈ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਨਾ, ਇਹਦੇ ਵਿੱਚ ਕਰਾਊਡ ਵੀ ਕਾਫੀ ਦਿਖਾਉਣਾ ਪੈਂਦਾ ਸਿੰਚਾਂ ਦਾ, ਕਿੰਨਾ ਕੁ ਕਿੰਨੇ ਮਤਲਬ ਜਾਂ ਸ਼ੂਟ ਕਰਦੇ ਆ ਕਿੰਨੀ ਵਾਰੀ ਟੇਕ ਲੈਣਾ ਪੈਂਦਾ, ਇੱਕ ਸੀਨ ਨੂੰ ਕਿੰਨਾ ਕੁ ਟਾਈਮ ਲੱਗਦਾ? ਭਾਜੀ ਕਈ ਵਾਰੀ ਤਾਂ ਦੇਖੋ ਸੀਨ ਦਾ ਕੀ ਹੁੰਦਾ ਨਾ, ਸੀਨ ਦੀ ਸੈਟਿਸਫੈਕਸ਼ਨ ਦੀ ਗੱਲ ਹੁੰਦੀ ਹੈ ਕਿ ਜੇ ਤਾਂ ਇੱਕ ਵਾਰ 'ਚ ਹੋ ਜਾਵੇ, ਇੱਕ ਵਾਰ 'ਚ ਹੋ ਜਾਂਦਾ, ਕਈ ਵਾਰੀ 20 ਟੇਕ ਵੀ ਲੰਘ ਜਾਂਦੇ ਨੇ। ਬਾਕੀ ਜਿਹੜੀਆਂ ਮੁਸ਼ਕਲਾਂ ਨੇ, ਮੁਸ਼ਕਲਾਂ ਦੇਖੋ ਮੈਨੂੰ ਇੱਦਾਂ ਨਹੀਂ ਲੱਗਦਾ, ਮੈਨੂੰ ਲੱਗਦਾ ਵੀ ਜਿੰਨੀਆਂ ਫਿਲਮਾਂ ਵੀ ਮੈਂ ਕੀਤੀਆਂ ਸਾਰਿਆਂ 'ਚ ਮੁਸ਼ਕਲਾਂ ਆਉਂਦੀਆਂ ਹੀ ਨੇ, ਔਰ ਮੁਸ਼ਕਲਾਂ ਨਾ ਆਉਣਾ ਤਾਂ ਮੈਮਰੀਜ਼ ਨਹੀਂ ਬਣਦੀਆਂ। ਸੋ ਮੁਸ਼ਕਲਾਂ ਇਹ 'ਚ ਵੀ ਆਈਆਂ ਸਾਨੂੰ, ਕਦੀ ਹਨੇਰੀ ਆ ਗਈ ਹੈ, ਕਦੀ ਸੈੱਟ ਡਿੱਗ ਗਿਆ ਵਾ, ਕਦੀ ਸਾਡੇ ਭਲਵਾਨ ਨੂੰ ਇੰਜਰੀ ਹੋ ਗਈ ਹੈ, ਹੈ ਨਾ, ਕਦੀ ਗੁਰਨਾਮ ਬਾਈ ਨੂੰ ਇੰਜਰੀ ਹੋ ਗਈ ਹੈ, ਬਟ ਉਹ ਕੀ ਸੀ ਨਾ ਸਾਰੇ ਖੜ੍ਹੇ ਸੀ ਅਤੇ ਅਸੀਂ ਉਹਨੂੰ ਕਵਰ ਅਪ ਕਰਦੇ ਰਹੇ ਹਾਂ, ਹੈ ਨਾ, ਇੰਜੋਏ ਕੀਤਾ ਅਸੀਂ ਬਹੁਤ। ਭਾਅ ਜੀ ਇੱਕ ਸੋਚ ਕੇ ਕਰਨਾ ਪੈਂਦਾ ਕੰਮ, ਇੱਕ ਵੀ ਬਜਟ ਸੈੱਟ ਕੀਤਾ ਹੁੰਦਾ ਵੀ ਉਹਦੇ ਵਿੱਚ ਵੀ ਆਪਾਂ ਫਿਲਮ ਮੁਕਾਉਣੀ ਹੈ, ਅਤੇ ਫਿਰ ਉਹ ਕਿੰਨੇ ਕੁ ਦਿੱਕਤਾਂ ਦਾ ਸਾਹਮਣਾ ਪੈਂਦਾ, ਬਰਡਨ ਵੀ ਹੁੰਦਾ ਕੋਈ? ਭਾਅ ਜੀ ਦੇਖੋ ਬਰਡਨ ਤਾਂ ਹੁੰਦਾ, ਤੁਸੀਂ ਇੱਕ ਬਜਟ ਬਣਾਇਆ ਹੁੰਦਾ, ਤੁਸੀਂ ਉਹਦੇ ਵਿੱਚ ਕਰਨਾ, ਤੁਸੀਂ ਇੰਨੇ ਡੇਜ਼ ਦੇ ਵਿੱਚ ਸ਼ੂਟਿੰਗ ਖਤਮ ਕਰਨੀ ਹੈ ਹੁੰਦਾ, ਬਟ ਜੇ ਤੁਹਾਡਾ ਪ੍ਰੋਡਿਊਸਰ ਸਪੋਰਟਿਵ ਆ ਨਾ ਤਾਂ ਇੱਕ ਦੋ ਦਿਨ ਉੱਪਰ ਨੀਚੇ ਵੀ ਲੱਗਦੇ ਤਾਂ ਉਹ ਸਮਝਦੇ ਆ। ਮੇਰੇ ਪ੍ਰੋਡਿਊਸਰ ਆਕਾਸ਼ ਹੋਰੀ, ਪਰਮਜੀਤ ਭਾਅ ਜੀ ਨੇ, ਆਕਾਸ਼ ਆ, ਰਵੀਸ਼ ਅਬਰੋਲ ਭਾਅ ਜੀ ਨੇ, ਇਹਨਾਂ ਨੇ ਸਪੋਰਟ ਬਹੁਤ ਕੀਤੀ ਭਾਅ ਜੀ, ਹੈ ਨਾ, ਕਿਉਂਕਿ ਕੀ ਸੀਗਾ ਨਾ ਗਰਮੀ 'ਚ ਹੀ ਸ਼ੂਟ ਕਰ ਰਹੇ ਸੀ, ਕਿਸੇ ਵੇਲੇ ਇੱਦਾਂ ਹੁੰਦਾ ਸੀਗਾ ਕਿ ਬਿਮਾਰ ਪੈਣ ਦਾ ਡਰ, ਤੁਹਾਨੂੰ ਪਤਾ ਬਾਡੀ ਲਈ ਬੰਦਾ ਬਿਮਾਰ ਪੈ ਜਾਂਦਾ, ਹੈ ਨਾ, ਬਹੁਤਾ ਜ਼ਿਆਦਾ ਟੌਪ ਲਾਈਟ ਆ ਜਾਂਦੀ ਹੈ, ਤੁਸੀਂ ਸ਼ੂਟ ਨਹੀਂ ਕਰ ਸਕਦੇ, ਹੈ ਨਾ, ਦੁਪਹਿਰ ਨੂੰ ਬਹੁਤ ਬਰਨ ਕਰਦਾ ਸੀ, ਫਿਰ ਸਾਨੂੰ ਰੋਕਣਾ ਪੈਂਦਾ ਸੀ ਸ਼ੂਟ, ਫਿਰ 2 ਘੰਟੇ ਵੇਸਟ ਹੁੰਦੇ ਸੀ, ਪਰ ਉਹਨਾਂ ਨੇ ਬਹੁਤ ਸਾਥ ਦਿੱਤਾ। ਸ਼ੂਟ ਕਿੰਨਾ ਦਿਨ ਚੱਲਿਆ ਭਾਅ ਜੀ ਫਿਲਮ ਦਾ? ਭਾਅ ਜੀ ਇਹ ਨੀਅਰ ਅਬਾਊਟ ਅਸੀਂ 42-43 ਡੇਜ਼ ਦਾ ਸ਼ੂਟ ਆ ਜਿਹੜਾ ਅਸੀਂ ਕੀਤਾ। ਮਤਲਬ ਕਿਹੜੀ ਕਿਹੜੀ ਜਗ੍ਹਾ ਸ਼ੂਟ ਹੋਇਆ? ਪਿੰਡਾਂ ਦੇ ਵਿੱਚ ਵੀ ਹੋ, ਪਿੰਡਾਂ ਵਿੱਚ ਮੇਨ ਤਾਂ ਖਾਸ ਕਰਤਾ ਨਾ, ਅੰਮ੍ਰਿਤਸਰ ਦੇ ਅਰਾਊਂਡ ਬਹੁਤ ਸ਼ੂਟ ਕੀਤਾ ਸੀ, ਅੰਮ੍ਰਿਤਸਰ ਯੂਨੀਵਰਸਿਟੀ GND ਉੱਥੇ ਬਹੁਤ ਸ਼ੂਟ ਕੀਤਾ, ਚੰਡੀਗੜ੍ਹ ਸ਼ੂਟ ਕੀਤਾ ਸੀ, ਫਿਰ ਜੈਸਲਮੇਰ ਸ਼ੂਟ ਕੀਤਾ ਸੀ, ਹਾਂਜੀ ਸ਼ੂਟ ਹੋਇਆ। ਜਿਹੜੇ ਦਾਓ ਪੇਚ ਨੇ ਕੁਸ਼ਤੀ ਦੇ, ਫਿਰ ਉਹ ਵੀ ਸਿੱਖਣੇ ਪਏ ਹੋਣੇ ਕਰਨਾ ਭੁੱਲਰ ਨੂੰ? ਹਾਂਜੀ ਉਹ ਸਾਡੇ ਅਜੇ ਨੇ ਰੈਸਲਰ ਨੇ, ਬਹੁਤ ਵਧੀਆ ਤੁਹਾਡੇ NIS ਦੇ ਰੈਸਲਰ ਨੇ, ਬਹੁਤ ਵਧੀਆ ਨੇ, ਉਹਨਾਂ ਨੇ ਸਿਖਾਈ ਕੁਸ਼ਤੀ ਇਹਨਾਂ ਨੂੰ, ਆਪ ਨਾਲ ਰਹਿੰਦੇ ਸੀ, ਉਹਦੀ ਬਹੁਤ ਵਧੀਆ ਪ੍ਰੇਸ ਸੀ ਮੁੰਡੇ ਦੀ, ਉਹਨੇ ਬਹੁਤ ਵਧੀਆ ਕੰਮ ਕੀਤਾ, ਹਾਂਜੀ ਉਹਨੇ ਸਿਖਾਇਆ ਵਧੀਆ ਨਾਲ। ਭਾਅ ਜੀ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਫਿਲਮ ਬਾਰੇ? ਵੀਰੇ ਮੈਂ ਤਾਂ ਇਹੀ ਕਹੂੰਗਾ ਵੀ 9 ਫਰਵਰੀ ਨੂੰ ਫਿਲਮ ਆ ਰਹੀ ਹੈ, 9 ਫਰਵਰੀ ਦੇਖ ਕੇ ਆਓ ਸਾਰੇ ਜਣੇ ਫਿਲਮ, ਫਿਲਮ ਤੁਹਾਨੂੰ ਆਲ ਅਰਾਊਂਡ ਫਿਲਮ ਡਿਫਰੈਂਟ ਲੱਗੂਗੀ, ਤੁਹਾਨੂੰ ਇਹ ਲੱਗੂਗਾ ਕਿ ਹਾਂ ਯਾਰ ਵੀ ਆਪਾਂ ਸਿਨੇਮਾ ਦੇਖ ਕੇ ਆਏ ਹਾਂ। ਹਾਂਜੀ ਮਤਲਬ ਮੈਸੇਜ ਕੀ ਦਿੰਦੇ ਫਿਲਮ ਐਂਡ ਦੇ ਵਿੱਚ, ਮੇਨ ਮੋਟਿਵ ਕੀ ਹੈ ਫਿਲਮ? ਫਿਲਮ ਦਾ ਮੇਨ ਮੋਟਿਵ ਇਹੀ ਹੈ ਕਿ ਤੁਹਾਡੀ ਲਾਈਫ ਐਂਡ ਤੁਹਾਡੀ ਜਿਹੜੀ ਖੇਡ ਆ, ਕੁਛ ਵੀ ਹੋਵੇ, ਫੋਕਸ ਰਹਿਣਾ ਚਾਹੀਦਾ ਲਾਈਫ ਦੇ ਵਿੱਚ।
ਲਾਈਫ 'ਚ ਫੋਕਸ ਰਹੋ ਕਿ ਜੋ ਵੀ ਤੁਸੀਂ ਕਰ ਰਹੇ ਹੋ ਨਾ ਉਹ ਫੋਕਸ ਦੇ ਨਾਲ ਕਰਨਾ ਚਾਹੀਦਾ। ਸੋ ਇਹੀ ਹੈ, ਮੈਂ ਤਾਂ ਇਹੀ ਕਹੂੰਗਾ ਵੀ ਜੀ ਬਹੁਤ ਧੰਨਵਾਦ ਤੁਹਾਨੂੰ, ਬਹੁਤ ਹੀ ਬੈਸਟ ਵਿਸ਼ਿਜ਼ ਫਿਲਮ ਵਾਸਤੇ 9 ਫੈਬਰ ਨੂੰ, ਅਤੇ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ। ਥੈਂਕ ਯੂ ਸੋ ਮੱਚ ਵੀਰੇ। ਅਤੇ ਸਾਡੇ ਨਾਲ ਮਾਨਵ ਸ਼ਾਹ ਜੀ।